ਸ਼ੈਪਰਸ ਪਾਈ ਤਾਂ ਕੀਮਾ ਵਿੱਚ ਮਟਰ ਪਏ ਦੀ ਖੁਸ਼ਬੂ ਵੀ ਆ ਰਹੀ ਹੈ। ਆਏ ਹਾਏ 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 ਉੱਤੇ ਹੁਣ ਪਤਾ ਨਹੀਂ ਕੀ ਲੱਗਾ। ਜੋ ਮਰਜ਼ੀ ਨਾਂ ਰੱਖ ਲਓ, ਭਾਵੇਂ ਵੱਡਾ ਭਾਈ ਰੱਖ ਲਓ ਤੇ ਭਾਵੇਂ ਛੋਟਾ ਭਾਈ ਰੱਖ ਲਓ। ਵੈਸੇ ਹੈਰਤ ਦੀ ਗੱਲ ਹੈ ਕਿ ਪਹਿਲਾਂ ਅਸੀਂ ਜਨਰਲ ਸ਼ੈਪਰਡ ਕੁੱਤਿਆਂ ਨਾਂ ਸੁਣਦੇ, ਇਹ ਹੁੰਦੀ ਖਾਣ ਵਾਲਾ ਨਾਮ ਦੱਸ ਦਿੱਤਾ। ਮੈਂ ਤਾਂ ਵੈਸੇ ਚੌਕਸ, ਮੈਂ ਕਿਹਾ ਇਹ ਕੀ ਕਹਿ ਦਿੱਤਾ ਜੀ। ਇਹ ਉੱਤੇ ਸ਼ੈਪਰਡ ਹੈਗਾ ਜੀ ਅਤੇ ਥੱਲੇ ਭਾਈ ਹੈ। ਹੈਗਾ ਜਨਾਬ ਸ਼ੈਫਰਡ ਭਾਈ, ਉਹਨਾਂ ਹੀ ਭਾਈ ਉਹਨਾਂ ਜੀ ਕੋਈ ਤਾਂ ਕੀਮਾ ਅਤੇ ਮਟਰ ਹੈਗੇ ਨੇ ਯਾਰ। ਅਤੇ ਮਟਰ ਕੀਮਾ ਅਤੇ ਗਾਜਰਾਂ ਅਤੇ ਉੱਤੇ ਆਲੂਆਂ ਦੀ ਉਹ ਰੋਟੀ ਪਾਈ ਕਰ ਫਰਾਈ ਕਰਕੇ। ਕਿੰਨੀਆਂ ਚੀਜ਼ਾਂ ਪਈਆਂ ਨੇ ਇਹਦੇ 'ਚ, ਅਤੇ ਉਹਨੂੰ ਖਾਈਏ ਅਤੇ ਫਿਰ ਦੇ ਦੱਸ ਦਿਨ ਕੀ ਗਾ। ਮੈਸ਼ ਪਟਾਟੋ, ਅੱਛਾ 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 ਅੱਛਾ, ਉਹ ਆਲੂ ਉਬਾਲ ਕੇ ਉਹਨਾਂ ਦਾ ਕਚੀਰਮਾ ਬਣਾਇਆ। ਇਹ ਦੇਖੋ ਜੀ, ਇਹ ਸ਼ੈਪਰ ਪਾਈ ਉਹਨਾਂ ਨੂੰ ਮੈਂ ਚਮਚੇ 'ਚ ਪਾਈ ਅਤੇ ਫਿਰ ਤੁਸੀਂ ਖਾਓਗੇ। ਅੱਛਾ ਜੀ, ਇਹ ਬਾਹਰ ਦੇ ਮੁਲਕਾਂ 'ਚ ਇੰਝ ਹੀ ਖਾਈ ਜਾਂਦੇ ਨੇ ਚਮਚਿਆਂ ਨਾਲ ਹੀ, ਜਾਂ ਰੋਟੀ ਵਗੈਰਾ ਜਾਂ ਕੋਈ ਬੰਦ ਵਗੈਰਾ ਨੂੰ ਨਾਲ ਇਸਤੇਮਾਲ ਕਰਦੇ ਨੇ। ਯਾਰ ਕਮਾਲ ਦੀ ਡਿਸ਼ ਬਣਾ ਦਿੱਤੀ ਹੈ, ਵਾਹ ਜੀ ਵਾਹ। ਇਹ ਲੱਗਦਾ ਜੀ ਮੈਂ ਉਬਾਲਿਆ ਹੋਇਆ, ਉਬਾਲ ਕੇ ਮਿਰਚ ਮਸਾਲਾ ਪਾ ਕੇ ਮਟਰ ਪਾ ਕੇ ਵੇਲੂ ਅਤੇ ਆਲੂ ਦੀ ਪੀਠੀ ਰੱਖ ਦਿੱਤੀ ਹੈ। ਨਾ ਨਮਕ ਜ਼ਿਆਦਾ ਹੈ, ਨਾ ਮਿਰਚਾਂ ਜ਼ਿਆਦਾ ਨੇ। ਕਿਆ ਬਾਤ ਹੈ ਯਾਰ, ਫਿਰ ਤਾਂ ਬੜੀਆਂ ਬੜੀਆਂ ਤਾਕਤ ਵਾਲੀਆਂ ਚੀਜ਼ਾਂ ਖਾਂਦੇ ਨੇ ਯਾਰ ਅਤੇ ਅੰਗਰੇਜ਼ ਲੋਕ। ਤੇ ਕੀਮਾ ਤਾਂ ਅਸੀਂ ਖਾਂਦੇ ਰਹਿੰਦੇ ਘਰ 'ਚ, ਮਟਰ ਵੀ ਪਾਈ ਦੇ ਨੇ, ਗਾਜਰਾਂ ਵੀ, ਲੇਕਿਨ ਇਹ ਜਿਹੜੀ ਚੀਜ਼ ਹੈ ਨਾ, ਹੈ ਆਲੂਆਂ ਨੂੰ ਇਸ ਤਰ੍ਹਾਂ ਬਣਾਉਣਾ, ਇਹ ਬੜਾ ਫਨ ਹੈ ਇਹਨਾਂ ਦਾ। ਅਸੀਂ ਆਲੂ ਪੀਠੇ ਪਰੌਂਠੇ ਖਾਂਦੇ ਰਹੇ ਹਾਂ, ਠੀਕ ਹੈ, ਆਲੂ ਪੀਠੇ ਕੀਮਾ ਖਾ ਰਹੇ ਹਾਂ, ਇਹਦੀ ਕੋਈ ਸਮਝ ਨਹੀਂ ਆਈ ਸਾਨੂੰ। ਯਕੀਨ ਮੰਨਾ, ਅਗਰ ਮੈਂ ਰੋਜ਼ਾਨਾ ਇਹ ਚੀਜ਼ ਖਾਂਦਾ ਰਹਾਂ ਨਾ, ਅਤੇ ਮੈਂ ਫਿੱਟ ਹੋ ਜਾਵਾਂ, ਕਿਉਂਕਿ ਇਹ ਬੜੀ ਤਾਕਤਵਰ ਚੀਜ਼ ਦੇ ਰਹੇ ਤੁਸੀਂ ਸਾਨੂੰ ਖਵਾ ਰਹੇ ਹੋ। ਹਾਏ ਹਾਏ ਹਾਏ, ਚੀਜ਼ ਵੀ ਹੈਗੀ ਤਾਂ ਹੀ ਉਹਦੀਆਂ ਭਾਅ ਜੀ ਲੇਸਾਂ ਬਣ ਰਹੀਆਂ ਨੇ। ਸਪੈਸੀ ਵੀ ਨਹੀਂ ਹੈਗੀ, ਬਿਲਕੁਲ ਹਲਕਾ, ਕਾਲੀ ਮਿਰਚ ਪਈ, ਮੈਂ ਹਾਂ ਨਮਕ ਪਿਆ। ਅਤੇ ਗੋਰੇ ਵੀ ਬੜੇ ਸਮਝਦਾਰ ਨੇ ਕਿ ਇੰਨੀ ਤਾਕਤਵਰ ਚੀਜ਼ ਖਾਂਦੇ ਨੇ ਤਦ ਹੀ ਉਹ ਫਿੱਟ ਰਹਿੰਦੇ ਨੇ, ਸਾਡਾ ਡਾਡਾ ਡੋਲਾ ਹੁੰਦਾ। ਕਿਆ ਬਾਤ ਹੈ ਜੀ, ਯਕੀਨ ਕਰੋ ਕਿ ਛੱਡਣ 'ਤੇ ਦਿਲ ਹੀ ਨਹੀਂ ਕਰਦਾ, ਐਡਾ ਮਜ਼ੇਦਾਰ ਖਾਣਾ। ਕਿਆ ਬਾਤ ਹੈ, ਮਾਸ਼ਾਅੱਲਾ, ਅਤੇ ਲੋਹੇ ਦਾ ਘਰ ਹੈ ਭਾਅ ਜੀ। ਅਸੀਂ ਪਕਾਈਏ ਨਾ ਘਰ 'ਚ, ਵਿੱਚ ਪਿਆਜ਼, ਅਦਰਕ, ਥੋਮ, ਟਮਾਟਰ, ਕਿੰਨੀਆਂ ਚੀਜ਼ਾਂ ਪਾ ਕੇ ਪਕਾਉਣਾ ਪੈਂਦਾ। ਬਸ ਜਨਾਬ ਜੀ, ਸਾਡੇ ਮਾਸ਼ਾਅੱਲਾ ਪਕਾਉਂਦਾ ਕੀ ਮਾਂ ਵੱਖਾਂ ਨਾਲ ਕਰ ਦਿੰਦੇ ਉੱਥੇ, ਕਿਉਂਕਿ ਉੱਥੇ ਮਿਰਚ ਮਸਾਲਾ ਬੜਾ ਠੈਠ ਕਰਕੇ ਹੈਗਾ, ਹਲਕਾ ਸਪੈਸੀ। ਹਾਂ ਕੀਮਾ ਅਸੀਂ ਵੀ ਬਣਾਉਂਦੇ, ਲੇਕਿਨ ਐਵੇਂ ਦਾ ਨਹੀਂ ਬਣਾਉਂਦੇ, ਅਸੀਂ ਗਲੇਬੀ ਵਿੱਚ ਪਾ ਲੈਂਦੇ, ਚਾਹੇ ਹਲਕਾ ਜਿਹਾ ਸ਼ੋਰਾ ਉਹਨੂੰ ਕਹਿੰਦੇ ਨੇ ਗਲੇਬੀ। ਇੱਕ ਜਿਹੜਾ ਨਾ ਮੁਖਤਲਫ ਕਿਸਮ ਦਾ ਟੇਸਟ ਹੈਗਾ ਇਹਦਾ, ਕਿ ਜਿਹੜਾ ਤੁਸੀਂ ਲਫਜ਼ਾਂ 'ਚ ਘੱਟ ਹੀ ਬਿਆਨ ਕਰ ਸਕਦੇ ਹੋ, ਕਿਹੜੀ ਚੀਜ਼ ਨਾਲ ਇਹਨੂੰ ਤਸ਼ਬੀਹ ਦਿਓਗੇ। ਉਹ ਮਜ਼ਾ ਤਾਂ ਕਰਾਰਾ 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 ਜਿਹਾ ਹੈਗਾ, ਜਿਵੇਂ ਖੜਾ ਖੜਾ ਨਹੀਂ ਕੀਮਾ ਅਸੀਂ ਪਕਾਉਂਦੇ, ਇਸ ਤਰ੍ਹਾਂ ਖੜਾ ਖੜਾ ਕਰਾਰਾ ਕਰਾਰਾ ਜਿਹਾ ਕੀਮਾ ਬਣਿਆ ਹੋਇਆ। ਇਹ ਆਲੂਆਂ ਦੇ ਨਾਲ ਇਹਦਾ ਜਿਹੜਾ ਮਜ਼ਾ ਆ ਰਿਹਾ ਨਾ, ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਇਹ ਤੁਸੀਂ ਖਾ ਕੇ ਆਪ ਦੱਸੋਗੇ ਕਿ ਕੀ ਮਜ਼ਾ, ਬਲਕਿ ਤੁਸੀਂ ਤਾਂ ਖਾਂਦੇ ਹੀ ਹੋ। ਯਕੀਨ ਜਾਣੋ ਕਿ ਮਟਰ ਦਾ ਦਾਣਾ ਜਿਹੜਾ ਨਾ, ਇਹ ਇੱਕ ਦਾਣੇ 'ਚ ਹੀ ਬੜੀ ਤਾਕਤ ਹੁੰਦੀ ਹੈ। ਤੁਹਾਡਾ ਮੂਡ ਖਰਾਬ ਹੋਇਆ ਹੋਵੇ ਨਾ, ਤੁਸੀਂ ਦੋ ਕੁ ਕੱਚੇ ਮਟਰਾਂ ਦੇ ਦਾਣੇ ਲੈ ਕੇ ਖਾ ਲਓ, ਤੁਹਾਡਾ ਮੂਡ ਠੀਕ ਹੋ ਜਾਏਗਾ। ਹਾਂ, ਸਾਡਾ ਜਿਹੜਾ ਕੀਮਾ ਪੱਕਦਾ ਅਸੀਂ ਰੋਟੀ ਨਾਲ ਇਸਤੇਮਾਲ ਕਰਦੇ ਹਾਂ, ਜੇ ਕਹਿ ਕੇ ਰੁੱਖੇ ਖਾਣ ਦਾ ਕੀਮਾ ਮਜ਼ਾ ਆ ਰਿਹਾ। ਗੱਲ ਜਿਹੜੀ ਜੇ ਨਾ, ਮੈਂ ਤੁਹਾਨੂੰ ਅੱਜ ਬੜੀ ਪਤੇ ਦੀ ਦੱਸਣ ਲੱਗਾ। ਤੁਸੀਂ ਦੇਖੋਗੇ ਤੁਹਾਡਾ ਕੋਈ ਭੈਣ ਭਰਾ ਚਿੜਚਿੜਾ ਰਹਿਣ ਲੱਗ ਪਈ, ਜਾਂ ਤੁਹਾਡੀ ਬੀਵੀ ਚਿੜਚਿੜੀ ਰਹਿਣ ਲੱਗ ਪਈ ਹੈ, ਅਤੇ ਇਹ ਨਾ ਸੋਚੋ ਉਹਦੇ 'ਤੇ ਕਿਸੇ ਨੇ ਕਾਲੇ ਇਲਮ ਕਰਤਾ, ਕਿਸੇ ਨੇ ਉਹਦੇ 'ਤੇ ਭਾਅ ਜੀ ਕੋਈ ਜਿੰਨਾਤ ਫੂਕ ਦਿੱਤੇ ਨੇ ਜਾਂ ਕੁਝ ਹੋਰ ਕਰਤਾ। ਇਹ ਦੇਖੋ ਕਿ ਉਹਦੇ ਜਿਸਮ ਵਿੱਚ ਕਿਹੜੀ ਚੀਜ਼ ਦੀ ਕਮੀ ਹੋ ਰਹੀ। ਜਦੋਂ ਫੌਲਾਦ ਦੀ ਕਮੀ ਹੁੰਦੀ ਨਾ ਬੰਦੇ ਦੇ ਜਿਸਮ ਵਿੱਚ, ਤਾਂ ਬੰਦਾ ਚਿੜਚਿੜਾ ਹੋ ਜਾਂਦਾ। ਬੁੱਢਾ ਬੰਦਾ ਅਤੇ ਬੱਚਾ ਅਤੇ ਜਵਾਨ, ਇਹ ਕਿਸੇ ਵੀ ਉਮਰ ਵਿੱਚ ਖਾ ਸਕਦਾ।
ਅਤੇ ਇਸ ਲਈ ਇਹ ਮਟਰ ਜਿਹੜੇ ਨੇ ਨਾ ਕਿਸੇ ਟਾਈਮ ਹੋ ਜਾਂਦਾ ਜਿਸਮ ਵਿੱਚ ਫੌਲਾਦ ਦੀ ਕਮੀ ਹੋਈ ਹੋਵੇ ਅਤੇ ਤੁਸੀਂ ਇਹ ਮਟਰਾਂ ਦੇ ਦਾਣੇ ਦੋ ਕੇ ਛਿਲ ਕੇ ਖਾ ਕੇ ਦੇਖ ਲੈਣਾ, ਕੁਛ ਦੇਰ ਬਾਅਦ ਤੁਹਾਡੀ ਤਬੀਅਤ ਜਿਹੜੀ ਅੰਜ ਹਸ਼ਾਸ਼ ਬਸ਼ਾਸ਼ ਹੋਈ ਹੈਗੀ, ਤੁਸੀਂ ਕਹੋਗੇ ਵਾਕਈ ਤਾਹਿਰ ਠੀਕ ਹੀ ਕਹਿੰਦਾ ਸੀ। ਸਾਰੀਆਂ ਚੀਜ਼ਾਂ ਨੂੰ ਲਾ ਕੇ ਦਿਖਾਓ ਅਤੇ ਮਜ਼ੇ ਲਵੋ, ਤਾਕਤ ਵਾਲੀਆਂ ਚੀਜ਼ਾਂ ਉੱਥੋਂ ਸਾਰੀਆਂ। ਹਾਏ 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 ਹਾਏ, ਵੈਸੇ ਭੁੱਖ ਲੱਗੀ ਹੋਵੇ ਰੋਟੀ ਨਾ ਹੋਵੇ ਅਤੇ ਇਹੋ ਜਿਹਾ ਕੀਮਾ ਪੈਂਦਾ ਅਤੇ ਉਂਝ ਹੀ ਬੰਦਾ ਸਮਝ ਚੌਲ ਸਮਝ ਕੇ ਖਾ ਕੇ ਪੇਟ ਭੁੱਲ ਹੋ ਸਕਦਾ। ਐਡਾ ਤੁਸੀਂ ਮੁਸ਼ਕਿਲ ਜਿਹਾ ਨਾ ਰੱਖਿਆ ਸ਼ੈਪਰ ਸ਼ਪਾਇਟ, ਅਤੇ ਤੁਸੀਂ ਆਲੂ ਕਿਵੇਂ ਕਹਿ ਲਓ ਸਿੱਧਾ, ਅਤੇ ਉਹ ਸਹੀ ਨਹੀਂ। ਦਿਸ ਇਜ਼ ਦਾ ਉਹ ਕਹਿੰਦਾ ਵਟ ਇਜ਼ ਦਿਸ, ਦਿਸ ਇਜ਼ ਦਾ ਆਲੂ ਕਿਵੇਂ। ਸਾਡੇ ਪਿੰਡ ਜਨਾਬ ਕੀਮਾ ਜ਼ਰੂਰ ਬਣਦਾ, ਲੇਕਿਨ ਇਹ ਉੱਤੇ ਆਲੂ ਰੱਖਿਆ ਇਸ ਤਰ੍ਹਾਂ ਨਹੀਂ, ਸਾਡੇ ਕੱਟ ਕੱਟ ਕੇ ਆਲੂ ਦੇ ਪੀਸ ਪਾਉਂਦੇ ਨੇ। ਹੋਰ ਕੋਈ ਜ਼ਿੰਦਗੀ 'ਚ ਇਹੋ ਜਿਹੀ ਚੀਜ਼ ਨਹੀਂ ਰਲਦੀ ਮਿਲਦੀ, ਖਾਧੀ ਕੀਮਾ ਤਾਂ ਖਾਂਦੇ ਰਹੀਦਾ, ਲੇਕਿਨ ਇਸ ਤਰੀਕੇ ਨਾਲ ਨਹੀਂ। ਅਸੀਂ ਤਾਂ ਰੋਟੀ ਨਾ ਖਾਣੀ ਚੀਜ਼ਾਂ ਹਿੱਲੇ ਹਾਂ। ਸਾਡੇ ਕੋਲ ਤਾਂ ਹੈਗੀਆਂ ਜੇ ਪਤੇ ਦੀਆਂ ਗੱਲਾਂ, ਪਰ ਅਸੀਂ ਆਪ ਕੋਈ ਨਹੀਂ ਜੀ ਅਮਲ ਉਮਲ ਕਰਦੇ ਇਹਨਾਂ 'ਤੇ, ਸਿਰਫ ਤੁਹਾਡੇ ਦੱਸਣ ਲਈ ਹੈਗੀਆਂ ਨੇ। ਹੁਣ ਸਾਡੇ ਅਸੀਂ ਦੇਸੀ ਬੰਦੇ ਇਹੋ ਜਿਹੀ ਪਲੇਟ ਸਾਡੇ ਘਰ ਵਾਲੇ ਦਿੱਤੀ ਹੋਵੇ ਸਾਡੇ ਮਹਿਮਾਨ ਨੂੰ, ਉਹ ਤਾਂ ਦੋ ਤਿੰਨ ਪਲੇਟਾਂ ਖਾ ਜਾਏਗਾ, ਪਹਿਲਾਂ ਕਹੇਗਾ ਉਹ ਕੀ ਕੱਚਾ ਚੁੱਕ ਲੈਣ ਦਾ ਜੀ, ਜਦੋਂ ਖਾਣ ਲੱਗੇਗਾ ਉਹਨੂੰ ਜ਼ਾਇਕਾ ਲੱਗੇ, ਉਹ ਫਿਰ ਤਿੰਨ ਚਾਰ ਪਲੇਟਾਂ ਦਾ ਵੇੜ ਜਾਏਗਾ। ਕਿਉਂਕਿ ਗਰੀਬ ਆਦਮੀ ਆ, ਇੰਨਾ ਕੀਮਾ ਜੀ ਅਸੀਂ ਰੁੱਖਾ ਖਾ ਜਾਣਾ, ਅਤੇ ਇਹਦੇ ਨਾਲ ਦੋ ਰੋਟੀਆਂ ਹੋਰ ਲੱਗ ਜਾਣਗੀਆਂ, ਜਦੋਂ ਢਿੱਡ ਭਰ ਜਾਏਗਾ। ਇਹ ਗੱਲ ਹੈਗੀ ਸਾਡੀ, ਸਭ ਤੋਂ ਵੱਡੀ ਪਤੇ ਦੀ ਗੱਲ ਹੈ ਕਿ ਜਿਹੜਾ ਬੰਦਾ ਮਰੀਜ਼ ਹੋਵੇ ਉਹਨੂੰ ਇਹੋ ਜਿਹੀ ਚੀਜ਼ ਖਵਾਓ, ਕਿਉਂਕਿ ਉਹ ਮਾਸਾ ਖਾ ਕੇ ਤੰਦਰੁਸਤ ਹੁੰਦਾ ਜਾਏਗਾ। ਸਾਡੇ ਕੰਮ ਜਿਹੜੇ ਨੇ ਬੜੇ ਵਧਣੇ ਨੇ, ਮਜ਼ਬੂਤ ਨੇ, ਸਾਰੀ ਦਿਹਾੜੀ ਦੇ ਕੰਮ ਨੇ, ਅੰਦਰ ਪੇਟ ਦੇ ਕੁਛ ਹੋਏਗਾ ਤਾਂ ਬੰਦਾ ਕੰਮ ਕਰੇਗਾ, ਢੇਰ ਸਾਰਾ ਖਾਣਾ ਅੰਦਰ ਜਾਏਗਾ ਅਤੇ ਬੰਦਾ ਚੱਲੇਗਾ, ਅੰਨੇ ਕੇ ਖਾਣੇ ਦਾ ਕੀ ਬਣਨਾ। ਇਹ ਉੱਤੋਂ ਸ਼ੈਫ ਡੇਰੀ ਜਿਹੜੇ ਨੇ ਨਾ, ਇਹ ਪੁੱਟ ਕੇ ਅਤੇ ਖਾ ਕੇ ਦੇਖੋ ਤੇਰਾ, ਇਕੱਲੇ ਸ਼ੈਫ ਡੇਰੀ ਨਾ ਕੀਮਾ ਜੋੜ ਤਾਕਤ ਵੀ ਦਿੰਦਾ, ਜੋੜ ਮਜ਼ਬੂਤ ਕਰਦਾ। ਦੇਖੋ ਨਾ ਅਸੀਂ ਵੀ ਇਹ ਸਾਰੀਆਂ ਚੀਜ਼ਾਂ ਇੱਥੇ ਖਾਂਦੇ ਹਾਂ ਘਰ 'ਚ, ਕੀਮਾ ਵੀ, ਆਲੂ ਵੀ, ਮਟਰ ਵੀ, ਗਾਜਰ ਵੀ, ਪਿਆਜ਼ ਦਾ ਸਮਾਰ ਵੀ ਕਰਦੇ ਹਾਂ, ਥੋਮ ਦਾ ਵੀ ਕਰਦੇ ਹਾਂ, ਲੇਕਿਨ ਯਾਰ ਤੁਹਾਡੇ ਕੋਲ ਤਰੀਕਾ ਹੀ ਇੱਕ ਵੱਖਰਾ ਹੈਗਾ ਪਕਾਉਣ ਦਾ, ਸੀਜ਼ਨ ਬਣਾਉਣ ਦਾ। ਮੈਂ ਸਾਰੀ ਪਲੇਟ ਖਾ ਗਿਆ, ਮੈਂ ਪਲੇਟ ਨੂੰ ਵੀ ਚੈੱਕ ਮਾਰ ਲੱਗਾ ਪਰ ਮੇਰੇ ਦੰਦ ਲੱਗਣੇ ਨੇ, ਬਸ ਪਜਾ ਹੋ ਗਿਆ, ਮੈਂ ਕਿਤੇ ਮੇਰੇ ਦੰਦ ਹੀ ਨਾ ਟੁੱਟ ਜਾਂਦਾ। ਮੇਰੇ ਇਲਾਕੇ ਜਨਾਬ ਕੋਈ ਚੀਜ਼ ਨਾ ਨਾ ਮਿਲਦੇ, ਫਿਰ ਅਸੀਂ ਉਹ ਕੀ ਕਰਦੇ ਜੀ ਆਲੂ ਨੂੰ ਅੱਗ ਦੇ ਕੋਲਿਆਂ ਪਾ ਛੱਡ ਦਿੰਦੇ, ਕੋਲਿਆਂ ਦੇ ਵਿੱਚ ਨੱਪ ਦਿੰਦੇ ਨੇ, ਯਾਨੀ ਕਿ ਕੋਲੇ ਜਿਹੜਾ ਨਾ ਕੋਲਿਆਂ ਦਾ ਆਲੂ ਇੰਝ ਪੱਕਦਾ ਜਿਵੇਂ ਕਬਾਬ ਅਸੀਂ ਪਕਾਉਂਦੇ ਹਾਂ, ਉਹਦਾ ਫਿਰ ਛਿਲਕਾ ਲਾ ਕੇ ਉਹਦੇ ਜਨਾਬ ਵੀ ਰੋਟੀ ਖਾ ਲੈਂਦੇ ਨੇ। ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਘੰਟੀ ਦੇ ਬਟਨ ਨੂੰ ਟਰਨ ਕਰਕੇ ਦਬਾ ਕੇ ਅਤੇ ਅੱਲਾ ਹਾਫਿਜ਼ ਕਰ ਦਿਓ।